ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ PSPCL ਦੇ ਦੁਆਰਾ ਇੱਕ ਬੜਾ ਇੰਪੋਰਟੈਂਟ ਨੋਟਿਸ ਸਾਂਝਾ ਕੀਤਾ ਗਿਆ, ਤਾਂ ਇਸੇ ਨੋਟਿਸ ਦੇ ਬਾਰੇ ਮੈਂ ਤੁਹਾਨੂੰ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਇਨਫੋਰਮੇਸ਼ਨ ਦਊਂਗਾ। ਤਾਂ ਇਹਦੇ ਵਿੱਚ ਆਪਾਂ ਨੂੰ ਇੱਕ ਗੁੱਡ ਨਿਊਜ਼ ਵੀ ਵੇਖਣ ਨੂੰ ਮਿਲੀ ਹੈ ਅਤੇ ਇੱਕ ਬੈਡ ਨਿਊਜ਼ ਵੀ ਵੇਖਣ ਨੂੰ ਮਿਲੀ ਹੈ। ਦੋਵੇਂ ਹੀ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਵਨ ਬਾਏ ਵਨ। ਤਾਂ ਇਸ ਵੀਡੀਓ ਲੈਸਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਇਹਦੇ ਨਾਲ ਤੁਹਾਨੂੰ ਜੋ ਮੇਰੀ ਹਰ ਵੀਡੀਓ ਉਸਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਤਾਂ ਇਹ ਜੋ ਨੋਟਿਸ ਜਾਰੀ ਕੀਤਾ ਗਿਆ ਇਹ ਐਡਵਰਟਾਈਜ਼ਮੈਂਟ ਨੰਬਰ 296-19 ਨੂੰ ਲੈ ਕੇ ਜਾਰੀ ਕੀਤਾ ਗਿਆ। ਅਤੇ ਇਸ ਦੇ ਵਿੱਚ ਇਹ ਦੱਸ ਰਿਹਾ ਕਿ ਤੁਹਾਡੀ ਜੋ ਐਗਜ਼ਾਮ ਡੇਟ ਹੈ ਅਪਲਾਈ ਕਰਨ ਦੀ ਉਹ ਇੱਕ ਵਾਰ ਫਿਰ ਐਕਸਟੈਂਡ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਵਾਰ ਜੋ ਐਗਜ਼ਾਮ ਡੇਟ ਹੈ ਉਹ ਐਕਸਟੈਂਡ ਕੀਤੀ ਗਈ ਸੀਗੀ। ਜਦੋਂ ਇੱਕ ਪੋਸਟ ਲਈ ਐਗਜ਼ਾਮ ਡੇਟ ਐਕਸਟੈਂਡ ਕੀਤੀ ਸੀ ਉਦੋਂ ਸਾਰੀਆਂ ਹੀ ਪੋਸਟਾਂ ਲਈ ਜੋ ਬਾਕੀ ਐਡਵਰਟਾਈਜ਼ਮੈਂਟ ਸੀਗੀਆਂ ਉਹਨਾਂ ਲਈ ਵੀ ਐਗਜ਼ਾਮ ਡੇਟ ਜੋ ਸੀਗੀ ਅਪਲਾਈ ਕਰਨ ਦੀ ਉਹ ਐਕਸਟੈਂਡ ਕਰ ਦਿੱਤੀ ਗਈ ਸੀ। ਠੀਕ ਹੈ, ਜਿਵੇਂ ਕਿ ਪਹਿਲਾਂ ਆਪਾਂ ਨੂੰ ਵੇਖਣ ਨੂੰ ਮਿਲਿਆ ਸੀਗਾ ਕਿ ਲੋਅਰ ਡਿਵੀਜ਼ਨ ਕਲਰਕ ਦੀ ਜੋ ਐਗਜ਼ਾਮ ਡੇਟ ਹੈ ਇਹ ਇਹਨਾਂ ਨੇ ਐਕਸਟੈਂਡ ਕੀਤੀ ਸੀ ਅਪਲਾਈ ਕਰਨ ਦੀ, ਅਤੇ ਉਸ ਤੋਂ ਅਗਲੇ ਦਿਨ ਬਾਅਦ ਹੀ ਆਪਾਂ ਨੂੰ ਬਾਕੀ ਜੋ ਐਡਵਰਟਾਈਜ਼ਮੈਂਟਾਂ ਸੀਗੀਆਂ ਉਹਨਾਂ ਦਾ ਵੀ ਨੋਟਿਸ ਵੇਖਣ ਨੂੰ ਮਿਲ ਗਿਆ ਸੀਗਾ। ਠੀਕ ਹੈ, ਤਾਂ 296-19 ਜੋ ਐਡਵਰਟਾਈਜ਼ਮੈਂਟ ਹੈਗੀ ਹੈ ਇਹ AE ਜੋ ਅਸਿਸਟੈਂਟ ਇੰਜੀਨੀਅਰ ਅਤੇ ਅਸਿਸਟੈਂਟ ਮੈਨੇਜਰ ਦੀ ਪੋਸਟ ਆ ਉਸ ਨੂੰ ਲੈ ਕੇ ਐਡਵਰਟਾਈਜ਼ਮੈਂਟ ਸੀਗੀ, ਅਤੇ ਇਹਦੀ ਜੋ ਐਗਜ਼ਾਮ ਡੇਟ ਹੈ ਉਹ ਐਕਸਟੈਂਡ ਹੋ ਚੁੱਕੀ ਹੈ। ਅਤੇ ਆਪਾਂ ਨੂੰ ਇਹ ਵੀ ਲੱਗ ਰਿਹਾ ਕਿ ਹੁਣ ਜੋ ਬਾਕੀ ਪੋਸਟਾਂ ਸੀਗੀਆਂ ਜੋ ਲੋਅਰ ਡਿਵੀਜ਼ਨ ਕਲਰਕ ਜੋ ਐਡਵਰਟਾਈਜ਼ਮੈਂਟ ਨੰਬਰ 293-19 ਅਤੇ 294-19 ਸੀ ਉਹਦਾ ਵੀ ਜੋ ਨੋਟੀਫਿਕੇਸ਼ਨ ਉਹ ਕੱਲ੍ਹ ਨੂੰ ਆ ਸਕਦਾ ਹੈ ਅਤੇ ਉਹਦੀ ਵੀ ਜੋ ਐਗਜ਼ਾਮ ਡੇਟ ਹੈ ਉਹ ਐਕਸਟੈਂਡ ਕਰ ਸਕਦੇ ਆ। ਠੀਕ ਹੈ, ਤਾਂ ਗੁੱਡ ਨਿਊਜ਼ ਵੀ ਉਹਨਾਂ ਕੈਂਡੀਡੇਟਸ ਲਈ ਜਿਨ੍ਹਾਂ ਨੇ ਜੋ ਅਪਲਾਈ ਕਰਨਾ ਜਿਨ੍ਹਾਂ ਦਾ ਰਹਿ ਚੁੱਕਿਆ ਸੀ ਅਤੇ ਉਹ ਦੁਬਾਰਾ ਫਿਰ ਅਪਲਾਈ ਕਰ ਸਕਦੇ ਹੋਣਗੇ। ਲੇਕਿਨ ਬੈਡ ਨਿਊਜ਼ ਉਹਨਾਂ ਕੈਂਡੀਡੇਟਸ ਲਈ ਆ ਜੋ ਕਿ ਐਗਜ਼ਾਮ ਦੀ ਤਿਆਰੀ ਕਾਫੀ ਲੰਬੇ ਟਾਈਮ ਤੋਂ ਕਰ ਰਹੇ ਸੀ ਅਤੇ ਉਹਨਾਂ ਨੂੰ ਇਹ ਉਮੀਦ ਸੀਗੀ ਕਿ ਐਗਜ਼ਾਮ ਜੋ ਦਸੰਬਰ ਦੇ ਵਿੱਚ ਕੰਡਕਟ ਕਰਵਾ ਲਿਆ ਜਾਊਗਾ। ਤਾਂ ਹੁਣ ਜੋ ਚਾਂਸਸ ਨੇ ਉਹ ਬਹੁਤ ਥੋੜ੍ਹੇ ਰਹਿ ਚੁੱਕੇ ਨੇ ਕਿ ਤੁਹਾਡਾ ਜੋ ਐਗਜ਼ਾਮ ਹੈ ਉਹ ਦਸੰਬਰ ਦੇ ਵਿੱਚ ਕੰਡਕਟ ਕਰਵਾਇਆ ਜਾਵੇ। ਠੀਕ ਹੈ, ਤਾਂ ਆਪਾਂ ਜੋ ਜੋ ਐਗਜ਼ਾਮ ਡੇਟ ਐਕਸਟੈਂਡ ਕੀਤੀ ਹੈ ਉਸ ਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਸਟਾਰਟਿੰਗ ਡੇਟ ਹੈ ਫਿਰ ਔਨਲਾਈਨ ਅਪਲਾਈ ਕਰਨ ਦੀ ਹਲੇ ਤਾਂ ਸਿਰਫ 296-19 ਐਡਵਰਟਾਈਜ਼ਮੈਂਟ ਨੂੰ ਲੈ ਕੇ ਇਹਨਾਂ ਨੇ ਜਾਰੀ ਕੀਤਾ ਹੈ। ਤਾਂ ਇਹਦੀ ਜੋ ਅਪਲਾਈ ਕਰਨ ਦੀ ਸਟਾਰਟਿੰਗ ਡੇਟ ਦੁਬਾਰਾ ਜੋ ਸਟਾਰਟ ਹੋਣ ਵਾਲੀ ਉਹ 15/11/2019 ਹੈ। 15 ਨਵੰਬਰ ਤੋਂ ਤੁਸੀਂ ਫਿਰ ਅਪਲਾਈ ਕਰ ਸਕਦੇ ਹੋਣਗੇ ਅਤੇ ਲਾਸਟ ਡੇਟ ਜੋ ਅਪਲਾਈ ਕਰਨ ਦੀ ਹੈ ਉਹ ਹੈਗੀ 26/11/2019। ਠੀਕ ਹੈ, ਤਾਂ 26 ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਲਾਸਟ ਡੇਟ ਜੋ ਫੀਸ ਸਬਮਿਟ ਕਰਨ ਦੀ ਹੈ ਉਹ ਹੈਗੀ ਹੈ 29/11/2019। ਠੀਕ ਹੈ, ਤਾਂ ਇਹ ਮਤਲਬ ਕਿ ਇਹਨਾਂ ਨੇ ਨੋਟਿਸ ਜਾਰੀ ਕੀਤਾ ਹੈ। ਬੱਚਿਆਂ ਨਾਲ ਤਾਂ ਇੱਕ ਤਰੀਕੇ ਦਾ ਤੁਸੀਂ ਕਹਿ ਸਕਦੇ ਹੋ ਕਿ ਖੇਡ ਹੀ ਹੋ ਰਿਹਾ, ਮਜ਼ਾਕ ਹੋ ਰਿਹਾ, ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ। ਤਾਂ ਹੁਣ ਉਹ ਚਾਹੁੰਦੇ ਆ ਕਿ ਐਗਜ਼ਾਮ ਹੋ ਜਾਵੇ ਦਸੰਬਰ ਦੇ ਵਿੱਚ, ਲੇਕਿਨ ਜਿਸ ਹਿਸਾਬ ਦਾ ਇਹ ਹਲੇ ਵੀ 1 ਤਰੀਕ ਦਾ ਵਾਰ ਵਾਰ ਪੋਰਟਲ ਓਪਨ ਕਰ ਰਹੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਅਪਲਾਈ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਇਕੱਠੇ ਕਰਨ, ਉਹ ਚੀਜ਼ ਵੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ। ਚਲੋ ਫਿਰ ਦੇਖਦੇ ਹਾਂ ਕੀ ਬਣਦਾ, ਦਸੰਬਰ ਦੇ ਵਿੱਚ ਐਗਜ਼ਾਮ ਕੰਡਕਟ ਕਰਵਾਇਆ ਜਾਂਦਾ ਜਾਂ ਫਿਰ ਨਹੀਂ ਕੰਡਕਟ ਕਰਵਾਇਆ ਜਾਂਦਾ, ਲੇਕਿਨ ਇਸ ਨੋਟਿਸ ਤੋਂ ਬਾਅਦ ਇਹ ਚੀਜ਼ ਜ਼ਿਆਦਾ ਆਪਾਂ ਨੂੰ ਲੱਗ ਰਹੀ ਹੈ ਕਿ ਦਸੰਬਰ ਦੇ ਵਿੱਚ ਤੁਹਾਡਾ ਜੋ ਐਗਜ਼ਾਮ ਹੈ ਉਹ ਕੰਡਕਟ ਨਹੀਂ ਕਰਵਾਇਆ ਜਾਊਗਾ, ਤੁਹਾਡਾ ਜੋ ਐਗਜ਼ਾਮ ਹੈ ਉਹ ਜਨਵਰੀ ਜਾਂ ਫਰਵਰੀ ਦੇ ਚਲਾ ਗਿਆ ਹੈ। ਠੀਕ ਹੈ, ਤਾਂ ਇਹ ਆਪਾਂ ਨੂੰ ਲੱਗ ਰਿਹਾ। ਬਾਕੀ ਵੇਖਦੇ ਹਾਂ ਕਿ ਜੋ ਲੋਅਰ ਡਿਵੀਜ਼ਨ ਕਲਰਕ ਹੈ ਅਤੇ ਜੋ ਬਾਕੀ ਪੋਸਟਾਂ ਸੀਗੀਆਂ 293-19 ਵਾਲੀਆਂ ਅਤੇ 294-19 ਵਾਲੀਆਂ ਉਹਨਾਂ ਦਾ ਵੀ ਜੋ ਨੋਟਿਸ ਆ ਉਹ ਜਾਰੀ ਕਰਦੇ ਆ ਜਾਂ ਫਿਰ ਨਹੀਂ ਕੀਤਾ ਜਾਂਦਾ। ਤਾਂ ਇਹੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣੀ ਸੀ ਅਤੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਲੈਸਨ ਦੇ ਵਿੱਚ।